ਪ੍ਰਭੂ ਦੇ ਨਾਮ ਦੀ ਤਾਰੀਫ ਹੋਵੇ। ਪ੍ਰਭੂ ਨੇ ਇੱਕ ਵਾਰ ਫਿਰ ਸਾਨੂੰ ਆਪਣਾ ਵਚਨ ਸਿੱਖਣ ਦਾ ਮੌਕਾ ਦਿੱਤਾ ਆ। ਮਾਹੌਲ ਨੂੰ ਦੇਖਦੇ ਸਮੇਂ ਅਸੀਂ ਆਪਣੇ ਘਰਾਂ ਦੇ ਵਿੱਚ ਜਦ ਸਰਕਾਰ ਦੀ ਆਗਿਆ ਦਾ ਪਾਲਣ ਕਰ ਰਹੇ ਹਾਂ, ਅਸੀਂ ਆਪਸ ਦੇ ਵਿੱਚ ਇਕੱਠੇ ਹੋ ਕੇ ਪ੍ਰਭੂ ਦੇ ਵਚਨ ਨੂੰ ਨਹੀਂ ਸਿੱਖ ਪਾ ਰਹੇ। ਉਸ ਸਮੇਂ ਮੈਂ ਇਹ ਆਸ ਕਰਦਾ ਕਿ ਜੋ ਵਚਨ ਤੁਹਾਡੇ ਤੱਕ ਪਹੁੰਚ ਰਿਹਾ ਆ, ਤੁਸੀਂ ਉਹਨੂੰ ਸੁਣ ਰਹੇ ਹਾਂ ਔਰ ਖੁਦ ਵੀ ਪ੍ਰਭੂ ਦੇ ਕਦਮਾਂ 'ਚ ਬੈਠ ਕੇ ਪ੍ਰਾਰਥਨਾ ਕਰ ਰਹੇ ਹਾਂ। ਸੋ ਅੱਜ ਵੀ ਤੁਹਾਡੇ ਤੱਕ ਪ੍ਰਭੂ ਦਾ ਵਚਨ ਜੋ ਪਹੁੰਚ ਰਿਹਾ ਆ, ਅਸੀਂ ਮੁਬਾਰਕ ਲੋਕ ਹਾਂ ਜੋ ਇਸ ਮਾਹੌਲ ਦੇ ਵਿੱਚ ਵੀ ਪ੍ਰਭੂ ਇਹਨਾਂ ਵਚਨਾਂ ਦਾ ਸਾਡੇ ਲਈ ਇੰਤਜ਼ਾਮ ਕਰਕੇ ਦੇ ਰਿਹਾ ਆ। ਅਸੀਂ ਪੜ੍ਹਾਂਗੇ ਪ੍ਰਭੂ ਦੇ ਵਚਨ ਦੇ ਵਿੱਚੋਂ ਇਬਰਾਨੀਆਂ ਦੀ ਪੱਤਰੀ 13 ਅਧਿਆਏ ਉਹਦਾ 20 ਵਚਨ। ਇਬਰਾਨੀਆਂ ਦੀ ਪੱਤਰੀ 13 ਅਧਿਆਏ ਉਹਦਾ 20 ਵਚਨ। ਸ਼ਾਂਤੀਦਾਤਾ ਪਰਮੇਸ਼ਰ ਜਿਹੜਾ ਭੇਡਾਂ ਦੇ ਵੱਡੇ ਅਜ਼ਾਦੀ ਅਰਥਾਤ ਸਾਡੇ ਪ੍ਰਭੂ ਯੇਸ਼ੂ ਨੂੰ ਸਿੱਧੇ ਭਗਤ ਨੇਮ ਦੇ ਲਹੂ ਨਾਲ ਮੁਰਤਾਂ ਵਿੱਚੋਂ ਉਠਾ ਲਿਆ। ਸੋ ਅਸੀਂ ਉਸੇ ਵਿਸ਼ੇ ਦੇ ਉੱਪਰ ਧਿਆਨ ਕਰਾਂਗੇ ਜੋ ਪਿਛਲੇ ਦਿਨਾਂ ਦੇ ਵਿੱਚ ਅਸੀਂ ਸਿੱਖ ਰਹੇ ਸੀ ਕਿ ਇਬਰਾਨੀਆਂ ਦੇ ਲੋਕ ਜਦ ਪਰੇਸ਼ਾਨ ਹੋ ਗਏ, ਦੁਖੀ ਹੋ ਗਏ, ਮੁਸੀਬਤ ਦੇ ਵਿੱਚ ਸੀ ਔਰ ਆਪਣੇ ਵਿਸ਼ਵਾਸ ਨੂੰ ਤਿਆਗਣ ਦੇ ਆਖਰੀ ਕਦਮ ਦੇ ਵਿੱਚ ਸੀ, ਉਸ ਸਮੇਂ ਪ੍ਰਭੂ ਦਾ ਦਾਸ ਪੌਲਸ ਉਹਨਾਂ ਨੂੰ ਇਸ ਪੱਤਰੀ ਦੇ ਦੁਆਰਾ, ਇਹਨਾਂ ਵਚਨਾਂ ਦੇ ਦੁਆਰਾ ਤਸੱਲੀ ਦੇ ਰਿਹਾ ਆ, ਉਹਨਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕਰ ਰਿਹਾ ਆ ਕਿ ਤੁਹਾਨੂੰ ਡਰਨ ਦੀ ਜ਼ਰੂਰਤ ਨਹੀਂ ਆ, ਤੁਹਾਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਆ, ਤੁਸੀਂ ਇਹ ਨਾ ਸਮਝੋ ਕਿ ਸਾਡੇ ਨਾਲ ਕੋਈ ਨਹੀਂ ਆ, ਬਲਕਿ ਇਹਨਾਂ ਵਚਨਾਂ ਦੇ ਦੁਆਰਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਨਾਲ ਸ਼ਾਂਤੀ ਦਾ ਤਾਂ ਪਰਮੇਸ਼ੁਰ ਹੈ, ਭੇਡਾਂ ਦਾ ਵੱਡਾ ਅਯਾਲੀ ਆ ਔਰ ਸਦੀਪਕ ਨੇਮ ਦਾ ਲਹੂ ਆ, ਇਸ ਲਈ ਸਾਨੂੰ ਡਰਨ ਦੀ ਜ਼ਰੂਰਤ ਨਹੀਂ ਆ। ਤੋ ਅਸੀਂ ਇੱਕ ਗੱਲ ਦੇ ਉੱਪਰ ਧਿਆਨ ਕਰ ਰਹੇ ਸੀ ਕਿ ਸਦੀਪਕ ਨੇਮ ਦਾ ਲਹੂ, ਅਸੀਂ ਦੇਖਿਆ ਕਿਸ ਪ੍ਰਕਾਰ ਪੁਰਾਣੇ ਨਿਯਮ ਦੇ ਵਿੱਚ ਨੇਮ ਬੰਨਿਆ ਜਾਂਦਾ ਸੀ, ਲੋਕ ਕਿਸ ਪ੍ਰਕਾਰ ਰੋਧੀ ਕਿਤਾਬ ਦੇ ਵਿੱਚੋਂ ਦੇਖਿਆ ਕਿ ਆਪਸ ਦੇ ਵਿੱਚ ਨੇਮ ਬੰਨਦੇ ਸੀ, ਅਬਰਾਹਾਮ ਦੇ ਨਾਲ ਪਰਮੇਸ਼ਰ ਨੇ ਕਿਸ ਪ੍ਰਕਾਰ ਨੇਮ ਬੰਨਿਆ ਔਰ ਅੱਜ ਤੋਂ 2019 ਸਾਲ ਪਹਿਲਾਂ ਸਲੀਬ ਦੇ ਉੱਪਰ ਸਾਡੇ ਨਾਲ ਕਿਸ ਪ੍ਰਕਾਰ ਸਦੀਪਕ ਇੱਕ ਨੇਮ ਲਹੂ ਦਾ ਜੋ ਬੰਨਿਆ ਗਿਆ ਹੈ, ਅਸੀਂ ਉਸ ਦੇ ਉੱਪਰ ਵਿਚਾਰ ਕੀਤਾ ਸੀ। ਇਸ ਲਈ ਜਦ ਅਸੀਂ ਪ੍ਰਭੂ ਦੇ ਵਚਨਾਂ ਨੂੰ ਦੇਖਦੇ ਹਾਂ ਤਾਂ ਸਾਡਾ ਭਰੋਸਾ ਕਿਸੇ ਮਨੁੱਖ ਤੇ ਨਹੀਂ ਆ, ਕਿਸੇ ਗੁਰੂ ਤੇ, ਨਬੀ ਤੇ, ਪੀਰ ਤੇ, ਪੈਗੰਬਰ ਤੇ ਨਹੀਂ ਆ, ਬਲਕਿ ਸਰਵ ਸ਼ਕਤੀਮਾਨ ਪਰਮੇਸ਼ਰ ਜਿਹਨੇ ਸਾਨੂੰ ਪਿਆਰ ਕੀਤਾ ਆ ਔਰ ਸਾਡੇ ਲਈ ਆਪਣੀ ਜਾਨ ਦੇ ਦਿੱਤੀ ਆ ਔਰ ਸਾਡੇ ਨਾਲ ਇੱਕ ਸਦੀਪਕ ਨੇਮ ਬੰਨਿਆ ਆ, ਸਾਡਾ ਭਰੋਸਾ ਉਸ ਸਦੀਪਕ ਨੇਮ ਦੇ ਲਹੂ ਦੇ ਉੱਪਰ ਆ। ਇਸ ਲਈ ਸਾਨੂੰ ਵਿਸ਼ਵਾਸ ਦੇ ਵਿੱਚ ਡਾਵਾਂਡੋਲ ਹੋਣ ਦੀ ਜ਼ਰੂਰਤ ਨਹੀਂ ਆ, ਕਮਜ਼ੋਰ ਹੋਣ ਦੀ ਜ਼ਰੂਰਤ ਨਹੀਂ ਆ, ਬਲਕਿ ਅਸੀਂ ਉਸ ਸਦੀਪਕ ਨੇਮ ਦੇ ਲਹੂ ਦੇ ਉੱਪਰ ਵਿਸ਼ਵਾਸ ਕਰਨ ਵਾਲੇ ਲੋਕ ਹਾਂ ਜਿਹੜਾ ਲਹੂ ਪਵਿੱਤਰ ਆ ਔਰ ਸ਼ੁੱਧ ਆ। ਸੋ ਇਸ ਵਚਨ ਨੂੰ ਅਸੀਂ ਅੱਗੇ ਦੇਖਾਂਗੇ, ਉਤਪਤੀ ਦੀ ਕਿਤਾਬ 4 ਅਧਿਆਏ ਉਹਦਾ 10 ਵਚਨ। ਉਤਪਤੀ ਦੀ ਕਿਤਾਬ 4 ਅਧਿਆਏ ਉਸਦਾ 10 ਵਚਨ। ਸੋ ਅਸੀਂ ਦੇਖ ਰਹੇ ਹਾਂ ਕਿ ਕਿਸ ਪ੍ਰਕਾਰ ਜੋ ਸਦੀਪਕ ਨੇਮ ਦਾ ਲਹੂ ਆ, ਪ੍ਰਭੂ ਯੇਸ਼ੂ ਮਸੀਹ ਦਾ ਜੋ ਲਹੂ ਸਾਡੇ ਉੱਪਰ ਲੱਗਾ ਹੋਇਆ ਆ, ਉਹ ਇਹ ਬਿਆਨ ਕਰਦਾ ਆ ਕਿ ਸਾਡੇ ਉੱਪਰ ਪਾਪ ਦਾ, ਮੌਤ ਦਾ, ਸ਼ੈਤਾਨ ਦਾ ਔਰ ਸਰਾਪ ਦਾ ਹੱਕ ਨਹੀਂ ਆ, ਔਰ ਇਹ ਜੋ ਖੂਨ ਆ ਇਹ ਹਾਬਲ ਦੇ ਖੂਨ ਦੇ ਨਾਲੋਂ ਉੱਤਮ ਗੱਲਾਂ ਕਰਦਾ ਆ, ਇੱਕ ਹਾਬਲ ਦੇ ਖੂਨ ਦੇ ਨਾਲੋਂ ਉੱਤਮ ਆ। ਜਦ ਅਸੀਂ ਹਾਬਲ ਦੇ ਖੂਨ ਨੂੰ ਦੇਖਦੇ ਹਾਂ ਤਾਂ ਹਾਬਲ ਦਾ ਜਿਹੜਾ ਖੂਨ ਆ ਉਹ ਇੱਕ ਨਿਆਂ ਦੀ ਮੰਗ ਕਰਦਾ ਆ, ਉਹ ਬਦਲਾ ਚਾਹੁੰਦਾ ਆ, ਲੇਕਿਨ ਇੱਧਰ ਜੋ ਪ੍ਰਭੂ ਯੇਸ਼ੂ ਮਸੀਹ ਦਾ ਲਹੂ ਆ ਉਹ ਬਦਲਾ ਨਹੀਂ ਚਾਹੁੰਦਾ, ਬਲਕਿ ਉਹ ਹਾਬਲ ਦੇ ਖੂਨ ਦੇ ਨਾਲੋਂ ਉੱਤਮ ਗੱਲਾਂ ਕਰਦਾ ਆ, ਔਰ ਉਹ ਗੱਲਾਂ ਕੀ ਆ, ਉਹ ਇਹ ਬਿਆਨ ਕਰਦਾ ਆ ਕਿ ਕੀਮਤ ਦੇ ਦਿੱਤੀ ਗਈ ਆ, ਛੁਟਕਾਰਾ ਹੋ ਚੁੱਕਾ ਆ, ਪਾਪਾਂ ਦੀ ਮਾਫੀ ਹੋ ਚੁੱਕੀ ਆ, ਬਿਮਾਰੀਆਂ ਦੀ ਕੀਮਤ ਦੇ ਦਿੱਤੀ ਗਈ ਆ, ਔਰ ਇਹ ਬਿਆਨ ਕਰਦਾ ਆ ਕਿ ਸਾਡੇ ਪ੍ਰਭੂ ਯੇਸ਼ੂ ਮਸੀਹ ਦਾ ਲਹੂ ਸਾਰੇ ਪਾਪਾਂ ਨੂੰ ਧੋ ਕੇ ਸ਼ੁੱਧ ਕਰ ਦਿੰਦਾ ਆ। ਇਸ ਲਈ ਮੇਰੇ ਪਿਆਰਿਓ, ਸਾਨੂੰ
ਇੱਧਰ ਉੱਧਰ ਦੀਆਂ ਗੱਲਾਂ ਸੁਣ ਕੇ ਕਿਸੇ ਹੋਰ ਚੀਜ਼ 'ਤੇ ਵਿਸ਼ਵਾਸ ਕਰਨ ਦੀ ਜ਼ਰੂਰਤ ਨਹੀਂ ਆ, ਬਲਕਿ ਸਦੀਪਕ ਨੇਮ ਦੇ ਲਹੂ ਦੇ ਉੱਪਰ ਵਿਸ਼ਵਾਸ ਕਰਨ ਦੀ ਜ਼ਰੂਰਤ ਆ। ਮੈਂ ਦੇਖ ਲਿਆ ਇਹਨਾਂ ਦਿਨਾਂ ਦੇ ਵਿੱਚ ਕੁਛ ਅਫਵਾਹਾਂ ਉੱਡ ਰਹੀਆਂ ਆ, ਕੁਛ ਗੱਲਾਂ ਨਿਕਲ ਕੇ ਆ ਰਹੀਆਂ ਆ। ਮੈਂ ਇੱਕ ਗੱਲ ਸੁਣਨ ਦੇ ਵਿੱਚ ਆਈ ਆ ਕਿ ਅਗਰ ਤੁਸੀਂ ਆਪਣੀ ਬਾਈਬਲ ਨੂੰ ਖੋਲ੍ਹੋਗੇ ਤਾਂ ਉਹਦੇ ਵਿੱਚੋਂ ਇੱਕ ਵਾਲ ਨਿਕਲੂਗਾ ਔਰ ਉਸ ਵਾਲ ਨੂੰ ਤੁਸੀਂ ਪਾਣੀ ਦੇ ਵਿੱਚ ਡੁਬੋ ਕੇ, ਕੁਛ ਲੋਕ ਕਹਿੰਦੇ ਆ ਕਿ ਪਾਣੀ ਦੇ ਵਿੱਚ ਡੁਬੋ ਕੇ ਰੱਖਣਾ ਆ, ਔਰ ਕੁਛ ਲੋਕ ਕਹਿੰਦੇ ਆ ਕਿ ਪਾਣੀ ਦੇ ਵਿੱਚ ਡੁਬੋ ਕੇ ਉਹਨੂੰ ਪੀ ਲੈਣਾ ਆ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਇਹ ਦਰਅਸਲ ਬਿਲਕੁਲ ਝੂਠ ਆ, ਇਹਦੇ ਵਿੱਚ ਕੋਈ ਵੀ ਸੱਚਾਈ ਨਹੀਂ ਆ। ਅਗਰ ਉਸ ਵਾਲ ਨੂੰ ਤੁਸੀਂ ਡੁਬੋ ਕੇ ਰੱਖਦੇ ਹੋ ਤਾਂ ਮੈਂ ਸਮਝਦਾ ਕਿ ਤੁਹਾਡਾ ਭਰੋਸਾ ਸਦੀਪਕ ਨੇਮ ਦੇ ਲਹੂ ਦੇ ਉੱਪਰ ਨਹੀਂ ਆ, ਬਲਕਿ ਉਸ ਵਾਲ ਦੇ ਉੱਪਰ ਆ। ਔਰ ਅਗਰ ਤੁਸੀਂ ਉਹਨੂੰ ਪੀ ਲੈਂਦੇ ਹੋ ਤਾਂ ਹੋ ਸਕਦਾ ਆ ਕਿ ਕਰੋਨਾ ਵਾਇਰਸ ਅਗਰ ਤੁਹਾਨੂੰ ਹੁੰਦਾ ਆ ਤਾਂ ਉਹਦਾ ਕੋਈ ਇਲਾਜ ਹੋ ਜਾਵੇ, ਲੇਕਿਨ ਅਗਰ ਤੁਸੀਂ ਉਸ ਵਾਲ ਨੂੰ ਪੀ ਲੈਂਦੇ ਹੋ ਤਾਂ ਇਹ ਵਾਲ ਕਦੀ ਵੀ ਗਲਦਾ ਨਹੀਂ ਆ, ਇਹਦੇ ਨਾਲ ਤੁਹਾਨੂੰ ਹੋਰ ਜ਼ਿਆਦਾ ਬਿਮਾਰੀ ਲੱਗ ਸਕਦੀ ਆ। ਸੋ ਮੇਰੇ ਪਿਆਰਿਓ, ਸਾਡਾ ਭਰੋਸਾ ਕੋਈ ਇੱਦਾਂ ਦੀਆਂ ਅਫਵਾਹਾਂ ਦੀਆਂ ਗੱਲਾਂ 'ਤੇ ਨਹੀਂ ਆ, ਇਹਨਾਂ ਵਾਲ ਜੋ ਬਾਈਬਲ ਦੇ ਵਿੱਚੋਂ ਬੋਲ ਰਹੇ ਕਿ ਨਿਕਲਦੇ ਆ ਇਹਨਾਂ ਗੱਲਾਂ 'ਤੇ ਨਹੀਂ ਆ, ਬਲਕਿ ਸਾਡਾ ਭਰੋਸਾ ਸਦੀਪਕ ਨੇਮ ਦੇ ਲਹੂ ਦੇ ਉੱਪਰ ਆ, ਕਿਉਂਕਿ ਸਾਡਾ ਛੁਟਕਾਰਾ ਇਹਨਾਂ ਗੱਲਾਂ ਦੇ ਨਾਲ ਨਹੀਂ ਆ, ਸਾਡਾ ਛੁਟਕਾਰਾ ਉਸ ਪਵਿੱਤਰ ਔਰ ਬਹੁਮੁੱਲੇ ਲਹੂ ਦੇ ਦੁਆਰਾ ਹੋਇਆ ਹੈ ਜਿਸ ਦੇ ਉੱਪਰ ਅਸੀਂ ਵਿਸ਼ਵਾਸ ਕਰਨਾ ਹੈ। ਪਰਸੋਂ ਰਾਤ ਜਦ ਮੈਂ ਸੌਂ ਰਿਹਾ ਸੀ ਤਾਂ ਇੱਕ ਆਦਮੀ ਦਾ ਮੈਨੂੰ ਫੋਨ ਆਇਆ, ਉਹ ਬੋਲਦਾ ਆ ਕਿ ਹੁਣੇ ਹੁਣੇ ਮੈਂ ਇੱਕ ਖਬਰ ਸੁਣੀ ਆ, ਇੱਕ ਲੜਕੀ ਦਾ ਜਨਮ ਹੋਇਆ ਆ, ਉਹ ਆਪਣੀਆਂ ਅੱਖਾਂ ਖੋਲਦਿਆਂ ਸਾਰ ਹੀ ਇਹ ਗੱਲ ਬੋਲ ਰਹੀ ਆ ਕਿ ਜੋ ਹੁਣੇ ਪ੍ਰਾਰਥਨਾ ਕਰੂਗਾ ਉਹ ਜ਼ਿੰਦਾ ਰਹਿ ਜਾਊਗਾ, ਔਰ ਜੋ ਨਹੀਂ ਕਰੂਗਾ, ਜਿਸ ਦੀਆਂ ਅੱਖਾਂ ਬੰਦ ਹੋਣਗੀਆਂ ਸੁੱਤਾ ਹੋਊਗਾ, ਉਹ ਸੁੱਤੇ ਦਾ ਸੁੱਤਾ ਰਹਿ ਜਾਊਗਾ। ਸੋ ਜਦ ਉਹਨੇ ਮੈਨੂੰ ਫੋਨ ਕੀਤਾ ਮੈਂ ਉਹਨੂੰ ਦੱਸਿਆ ਕਿ ਇਹ ਦਰਅਸਲ ਝੂਠ ਆ, ਇਹ ਅਫਵਾਹ ਆ, ਸਾਨੂੰ ਇਹਨਾਂ ਉੱਪਰ ਗੱਲਾਂ 'ਤੇ ਵਿਸ਼ਵਾਸ ਕਰਨ ਦੀ ਜ਼ਰੂਰਤ ਨਹੀਂ ਆ, ਸਾਡਾ ਭਰੋਸਾ ਪ੍ਰਭੂ ਦੇ ਵਚਨ ਦੇ ਉੱਪਰ ਆ। ਮੇਰੇ ਪਿਆਰਿਓ, ਜੋ ਵਚਨ ਦੇ ਵਿੱਚ ਲਿਖਿਆ ਉਹਨਾਂ ਵਚਨਾਂ ਦੇ ਉੱਪਰ ਅਸੀਂ ਵਿਸ਼ਵਾਸ ਕਰੀਏ, ਜੋ ਬਾਹਰੋਂ ਅਫਵਾਹਾਂ ਨਿਕਲ ਕੇ ਆ ਰਹੀਆਂ ਸੀ ਉਹਨਾਂ ਉੱਪਰ ਵਿਸ਼ਵਾਸ ਨਾ ਕਰੀਏ, ਕਿਉਂਕਿ ਪ੍ਰਭੂ ਦੇ ਵਚਨ 'ਚ ਲਿਖਿਆ ਕਿ ਅੰਤ ਦੇ ਦਿਨਾਂ ਦੇ ਵਿੱਚ ਝੂਠੇ ਨਬੀ ਉੱਠਣਗੇ, ਆਕਾਸ਼ ਦੇ ਵਿੱਚ ਨਿਸ਼ਾਨ ਦਿਖਾਈ ਦੇਣਗੇ, ਲੋਕ ਭਰਮਾਏ ਜਾਣਗੇ, ਕਿੰਨੇ ਲੋਕ ਵਿਸ਼ਵਾਸ ਤੋਂ ਖਿੜ ਜਾਣਗੇ। ਲੇਕਿਨ ਮੈਂ ਤੁਹਾਡੇ ਅੱਗੇ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਅਸੀਂ ਇੱਦਾਂ ਦੀਆਂ ਅਫਵਾਹਾਂ 'ਤੇ ਵਿਸ਼ਵਾਸ ਨਾ ਕਰੀਏ, ਬਲਕਿ ਅਸੀਂ ਪਰਮੇਸ਼ੁਰ ਦੇ ਜਿੰਦੇ ਵਚਨ ਦੇ ਉੱਪਰ, ਉਹਦੇ ਸਦੀਪਕ ਨੇਮ ਦੇ ਲਹੂ ਦੇ ਉੱਪਰ ਵਿਸ਼ਵਾਸ ਕਰੀਏ, ਕਿਉਂਕਿ ਸਾਡਾ ਛੁਟਕਾਰਾ ਹੀ ਉਸ ਬਹੁਮੁੱਲੇ ਲਹੂ ਦੇ ਨਾਲ ਹੋਇਆ ਹੈ। ਪੁਰਾਣੇ ਨਿਯਮ ਦੇ ਵਿੱਚ ਅਸੀਂ ਦੇਖਦੇ ਹਾਂ ਸੋਨਾ ਔਰ ਚਾਂਦੀ ਦੇ ਕੇ ਇੱਕ ਵਿਅਕਤੀ ਦਾ ਛੁਟਕਾਰਾ ਹੁੰਦਾ ਸੀ, ਜਾਂ ਅਸੀਂ ਦੇਖਦੇ ਹਾਂ ਕਿ ਮਿਲਾਪ ਵਾਲੇ ਤੰਬੂ ਦੇ ਵਿੱਚ ਜਦ ਇੱਕ ਵਿਅਕਤੀ ਪਾਪ ਕਰਦਾ ਸੀ, ਜਦੋਂ ਆਪਣੇ ਪਾਪ ਦੇ ਲਈ ਬਲੀ ਨੂੰ ਲੈ ਕੇ ਆਉਂਦਾ ਸੀ, ਔਰ ਉਹ ਮੇਮਣਾ ਜਦ ਕੱਟਿਆ ਜਾਂਦਾ ਸੀ, ਜੱਜਕ ਜਦ ਉਸਨੂੰ ਕੱਟਦਾ ਸੀ, ਔਰ ਜਿਸ ਵਿਅਕਤੀ ਨੇ ਪਾਪ ਕੀਤਾ ਆ, ਜੋ ਉਹ ਬਲੀ ਨੂੰ ਲੈ ਕੇ ਆਇਆ ਆ, ਜੋ ਮੇਮਣਾ ਲੈ ਕੇ ਆਇਆ ਆ, ਉਸ ਦੀਆਂ ਅੱਖਾਂ ਦੇ ਸਾਹਮਣੇ ਜਦ ਉਸ ਲੇਲੇ ਨੂੰ ਕੱਟਿਆ ਜਾਂਦਾ ਸੀ, ਜਦ ਉਹ ਤੜਫਦਾ ਸੀ, ਤਦ ਉਸ ਵਿਅਕਤੀ ਨੂੰ ਸਮਝ ਆਉਂਦੀ ਸੀ ਕਿ ਪਾਪ ਤੋਂ ਮੈਂ ਕੀਤੇ ਆ, ਗੁਨਾਹ ਤੋਂ ਮੈਂ ਕੀਤੇ ਆ, ਲੇਕਿਨ ਮੇਰੀਆਂ ਅੱਖਾਂ ਦੇ ਸਾਹਮਣੇ ਇਹ ਨਿਰਦੋਸ਼ ਲੀਲਾ ਜਦ ਕੱਟਿਆ ਜਾ ਰਿਹਾ ਆ, ਇਹਦਾ ਕੋਈ ਦੋਸ਼ ਨਹੀਂ ਆ। ਉਹਨੂੰ ਇਹ ਸਮਝ ਆਉਂਦੀ ਸੀ ਕਿ ਸੱਚਮੁੱਚ ਮੇਰੀ ਸਜ਼ਾ ਇਹ ਲੀਲਾ ਉਠਾ ਰਿਹਾ ਆ। ਉਸੇ ਪ੍ਰਕਾਰ ਮੇਰੇ ਪਿਆਰਿਓ, ਪ੍ਰਭੂ ਯੇਸ਼ੂ ਮਸੀਹ ਨੇ ਮੇਰੇ ਔਰ ਤੁਹਾਡੇ ਪਾਪਾਂ ਲਈ ਸਲੀਬ ਦੇ ਉੱਪਰ ਜਾਨ ਦੇ ਦਿੱਤੀ ਆ, ਉਹਨੇ ਕੀਮਤ ਉਠਾਈ ਆ ਔਰ ਸਾਡੇ ਲਈ ਆਪਣੀ ਜਾਨ ਦੇ ਦਿੱਤੀ ਆ। ਇਸ ਲਈ ਇਸ ਖੂਨ ਦੇ ਉੱਪਰ ਭਰੋਸਾ ਕਰਦੇ ਹੋਏ ਸਾਡਾ ਜਿਹੜਾ ਛੁਟਕਾਰਾ ਪ੍ਰਭੂ ਦਾ ਦਾਸ ਪਤਰਸ ਲਿਖਦਾ ਆ, ਸੋਨੇ ਚਾਂਦੀ ਦੇ ਨਾਲ ਨਹੀਂ ਬਲਕਿ ਬਹੁਮੁੱਲੇ ਲਹੂ ਦੇ ਦੁਆਰਾ ਹੋਇਆ ਆ। ਮੈਂ ਔਰ ਤੁਸੀਂ ਪਾਪ ਤੋਂ, ਮੌਤ ਤੋਂ, ਸ਼ੈਤਾਨ ਤੋਂ, ਸਰਾਪ ਤੋਂ ਬਚਾਏ ਗਏ ਹਾਂ। ਸਾਡੇ ਉੱਪਰ ਪ੍ਰਭੂ ਯੇਸ਼ੂ ਮਸੀਹ ਦਾ ਪਵਿੱਤਰ ਲਹੂ ਲੱਗਾ ਆ, ਇਸ ਲਈ ਸਾਨੂੰ ਕਿਸੇ ਵੀ ਬਿਮਾਰੀ ਤੋਂ ਡਰਨ ਦੀ ਜ਼ਰੂਰਤ ਨਹੀਂ ਆ, ਸਾਨੂੰ ਉਸ ਲਹੂ ਦੇ ਉੱਪਰ ਵਿਸ਼ਵਾਸ ਕਰਨ ਦੀ ਜ਼ਰੂਰਤ ਆ। ਮੈਂ ਵਿਸ਼ਵਾਸ ਕਰਦਾ ਹਾਂ ਪ੍ਰਭੂ ਇਹਨਾਂ ਵਚਨਾਂ ਦੁਆਰਾ ਤੁਹਾਨੂੰ ਆਸ਼ੀਸ਼ ਦੇਵੇ। ਜੈ ਮਸੀਹ।